पोस्टमार्टम तो बाद सिद्धू मूसेवाले की अज सवेरे 8:30 बजे के करीब डेड बॉडी घर लिया गई। तो उस तो बाद जो संस्कार की रस्म सी उस नूं पहला पिंड दे ही एक शमशान घाट दे विच करन दा ऐलान किया गया सी। ਤਾਂ ਇੱਥੇ ਪ੍ਰਸ਼ਾਸਨ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ, ਪਰ ਪਰਿਵਾਰ ਦੀ ਇੱਕ ਜਿਹੜੀ ਮੰਗ ਸੀ ਜਾਂ ਪਰਿਵਾਰ ਦੀ ਚਾਹ ਸੀ ਕਿ ਹੁਣ ਇੱਥੋਂ ਜਿਹੜਾ ਆ ਇੱਥੇ ਸੰਸਕਾਰ ਨਹੀਂ ਕੀਤਾ ਜਾਵੇਗਾ। ਇੱਥੋਂ ਸਾਰੀ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੀਆਂ ਗੱਡੀਆਂ ਵੀ ਜਿਹੜੀਆਂ ਭਰ ਭਰ ਕੇ ਵਾਪਸ ਆ ਰਹੀਆਂ ਨੇ, ਔਰ ਇੱਥੋਂ ਜਿੰਨਾ ਪ੍ਰਬੰਧ ਕੀਤਾ ਗਿਆ ਸੀ ਸਾਰਾ ਉਠਾ ਦਿੱਤਾ ਗਿਆ, ਕਿਉਂਕਿ ਸੰਸਕਾਰ ਹੁਣ ਜਿਹੜਾ ਆ ਉਸ ਦੀ ਥਾਂ ਜਿਹੜੀ ਆ ਬਦਲ ਦਿੱਤੀ ਗਈ ਹੈ। ਤਾਂ ਤੁਸੀਂ ਦੇਖ ਰਹੇ ਹੋ ਪੁਲਿਸ ਦੀਆਂ ਗੱਡੀਆਂ, ਲੋਕ ਸਾਰੇ ਵਾਪਸ ਆ ਰਹੇ ਨੇ ਸ਼ਮਸ਼ਾਨ ਘਾਟ ਤੋਂ। ਉਹ ਸਾਹਮਣੇ ਤਸਵੀਰਾਂ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਹਾਂ, ਸ਼ਮਸ਼ਾਨ ਘਾਟ ਦੀ ਬਾਉਂਡਰੀ ਹੈ ਸਾਰੀ, ਇੱਧਰ ਸ਼ਮਸ਼ਾਨ ਘਾਟ ਹੈਗਾ, ਇੱਥੋਂ ਇੱਥੇ ਹੋਣਾ ਸੀ ਪਹਿਲਾਂ ਸੰਸਕਾਰ, ਪਰ ਇੱਥੋਂ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਇਸ ਜਗ੍ਹਾ ਤੇ ਸੰਸਕਾਰ ਕੀਤਾ ਜਾਣਾ ਸੀ, ਪਰ ਹੁਣ ਇੱਥੋਂ ਬਦਲ ਕੇ ਸਿੱਧੂ ਮੂਸੇਵਾਲਾ ਦੀ ਜਿਹੜੀ ਜ਼ਮੀਨ ਹੈਗੀ ਹੈ, ਉਹਨਾਂ ਦੀ ਜਿਹੜੀ ਆਪਣੀ ਜ਼ਮੀਨ ਹੈਗੀ ਹੈ, ਉੱਥੇ ਕੀਤਾ ਜਾਣਾ। ਘਰ ਦੀ ਬੈਕ ਸਾਈਡ ਦੇ ਵਿੱਚ ਜਿਹੜੀ ਜ਼ਮੀਨ ਹੈਗੀ ਹੈ ਸਿੱਧੂ ਮੂਸੇਵਾਲਾ ਦੀ, ਉੱਥੇ ਸੰਸਕਾਰ ਕੀਤਾ ਜਾਣਾ ਹੈ। ਤਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਸਾਰੇ ਜਿਹੜੇ ਹੈ ਵਾਪਸ ਆ ਰਹੇ ਨੇ, ਲੋਕ ਵਾਪਸ ਜਾ ਰਹੇ ਨੇ ਸਿੱਧੂ ਮੂਸੇਵਾਲਾ ਦੇ ਘਰ, ਕਿਉਂਕਿ ਪਰਿਵਾਰ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਪੁੱਤ ਦਾ ਜਿਹੜਾ 5 ਤੱਤਾਂ 'ਚ ਵਲੀਨ ਕਰਨਾ ਹੈ ਉਹ ਆਪਣੀ ਹੀ ਜ਼ਮੀਨ ਦੇ ਉੱਪਰ ਕਰਾਂਗੇ। ਇਕਲੌਤਾ ਬੱਚਾ ਸੀ ਪਰਿਵਾਰ ਦਾ, ਅੱਜ ਸੰਸਕਾਰ ਹੋਣਾ ਹੈ। ਅਤੇ ਪਰਿਵਾਰ ਨੇ ਪਹਿਲਾਂ ਪ੍ਰਸ਼ਾਸਨ ਵੱਲੋਂ ਇੱਥੇ ਇੰਤਜ਼ਾਮ ਕੀਤੇ ਹੋਏ ਸੀ ਬਕਾਇਦਾ ਤੌਰ 'ਤੇ। ਤਾਂ ਹੁਣ ਬਦਲ ਕੇ ਪਰਿਵਾਰ ਦੀ ਮੰਗ 'ਤੇ ਪ੍ਰਸ਼ਾਸਨ ਨੇ ਸਾਰਾ ਇੰਤਜ਼ਾਮ ਜਿਹੜਾ ਬਦਲ ਦਿੱਤਾ ਹੈ। ਤਾਂ ਹੁਣ ਘਰ ਦੀ ਹੀ ਜਿਹੜੀ ਜ਼ਮੀਨ ਹੈਗੀ ਹੈ ਸਿੱਧੂ ਮੂਸੇਵਾਲੇ ਦੀ, ਜਿੰਨੀ ਜ਼ਮੀਨ ਹੈਗੀ ਆ ਉੱਥੇ ਕੋਈ ਲੋਕੇਸ਼ਨ ਦੇ ਕੇ ਉੱਥੇ ਹੀ ਕਰਨਗੇ। ਤਾਂ ਇਹ ਇਸ ਸਮੇਂ ਦੀ ਅਪਡੇਟ ਹੈਗੀ ਹੈ, ਲੋਕ ਸਾਰੇ ਵਾਪਸ ਆ ਰਹੇ ਨੇ। ਤਾਂ ਇਹ ਤਸਵੀਰਾਂ ਆ, ਇਹ ਸ਼ਮਸ਼ਾਨ ਘਾਟ ਦੇ ਬਾਹਰ ਦੀਆਂ ਤਸਵੀਰਾਂ ਆ। ਇਸ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਵਿਜ਼ੂਅਲ ਦਿਖਾ ਦਿੰਦੇ ਹਾਂ ਕਿ ਕਿੱਥੇ ਸੰਸਕਾਰ ਕੀਤਾ ਜਾਣਾ ਸੀ। ਉੱਥੇ ਸਾਰਾ ਸਮਾਨ ਰੱਖਿਆ ਹੋਇਆ ਸੀ, ਜ਼ੂਮ ਕਰਕੇ ਤੁਹਾਨੂੰ ਸ਼ਮਸ਼ਾਨ ਘਾਟ 'ਤੇ ਦਿਖਾਉਂਦੇ ਹਾਂ, ਸਾਰਾ ਪ੍ਰਬੰਧ ਉੱਥੇ ਕੀਤਾ ਹੋਇਆ ਸੀ। ਪਰ ਉੱਥੋਂ ਪਰਿਵਾਰ ਦੀ ਇੱਕ ਮੰਗ 'ਤੇ ਉੱਥੋਂ ਜਿਹੜਾ ਹੈ ਸੰਸਕਾਰ ਦਾ ਸਾਰਾ ਪ੍ਰਬੰਧ ਜਿਹੜਾ ਹੁਣ ਉਹਨਾਂ ਦੀ ਜ਼ਮੀਨ 'ਤੇ, ਸਿੱਧੂ ਮੂਸੇਵਾਲਾ ਦੀ ਜ਼ਮੀਨ 'ਤੇ ਹੀ ਕੀਤਾ ਜਾਵੇਗਾ। ਮਿਹਨਤ ਕਰਕੇ ਜ਼ਮੀਨ ਪਿੰਡਾਂ ਦੇ ਵਿੱਚ, ਪਿੰਡ ਦੇ ਵਿੱਚ ਜ਼ਮੀਨ ਬਣਾਈ, ਕੋਠੀ ਬਣਾਈ, ਮਹਿਲ ਬਣਾਏ, ਪਰ ਕਿਸੇ ਕੰਮ ਨਹੀਂ ਆਏ, ਕਿਉਂਕਿ ਇੱਕ ਅਜਿਹੀ ਸਾਜਿਸ਼ ਦਾ ਸ਼ਿਕਾਰ ਹੋਇਆ। ਅਜਿਹੀ ਇੱਕ ਦੇਖਿਆ ਜਾਵੇ ਤਾਂ ਗੋਲੀ ਦੇ ਵਿੱਚ ਜਿਹੜੇ ਆ ਮਾਰੇ ਗਏ ਨੇ। ਤਾਂ ਉਸ ਤੋਂ ਬਾਅਦ ਹੁਣ ਪਰਿਵਾਰ ਦਾ ਇਕਲੌਤਾ ਬੱਚਾ ਸੀ, ਇੱਥੋਂ ਹੁਣ ਪਿੰਡ ਦੇ ਜਿਹੜਾ ਸ਼ਮਸ਼ਾਨ ਘਾਟ ਹੈਗਾ ਉੱਥੇ ਨਹੀਂ ਸੰਸਕਾਰ ਕੀਤਾ ਜਾਵੇਗਾ, ਘਰ ਦੀ ਜ਼ਮੀਨ ਦੇ ਵਿੱਚ ਸੰਸਕਾਰ ਹੋਵੇਗਾ ਸਿੱਧੂ ਦਾ। ਇਹ ਤਸਵੀਰਾਂ ਪਹਿਲਾਂ ਇੱਥੇ ਪ੍ਰਬੰਧ ਕੀਤਾ ਹੋਇਆ ਸੀ ਸਾਰਾ, ਪਰ ਇੱਥੋਂ ਹੁਣ ਬਦਲ ਕੇ ਜਗ੍ਹਾ ਜਿਹੜੀ ਆ ਉਹ ਘਰ ਦੇ ਵਿੱਚ ਜਿਹੜੀ ਜ਼ਮੀਨ ਹੈਗੀ ਇਹਨਾਂ ਦੀ ਆਪਣੀ ਉੱਥੇ ਕੀਤਾ ਜਾਵੇਗਾ। ਕੈਮਰਾ ਪਰਸਨ ਸਾਹਿਬ ਸਿੰਘ ਦੇ ਨਾਲ ਰਾਹੁਲ ਕਾਲਾ, ਜਗਬਾਣੀ ਟੀਵੀ ਮਾਨਸਾ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।